ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਆ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਅਤੇ ਇਸ ਵੀਡੀਓ ਵਿੱਚ ਜਿਹੜੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਉਹ ਹੈਗਾ ਕਿ ਗੋਭ ਸਮੇਂ ਜਿਹੜੀ ਆਪਾਂ ਸਪਰੇਅ ਕਰਨੀ ਹੁੰਦੀ ਹੈ, ਖਾਸ ਤੌਰ 'ਤੇ 13045 ਫੋਕ ਘਟਾਉਣ ਵਾਸਤੇ ਜਿਹੜੀ ਆਪਾਂ ਸਪਰੇਅ ਕਰਨੀ ਆ, ਅਤੇ ਉੱਲੀ ਨਾਸ਼ਕ ਆ ਜਿਹੜਾ ਜ਼ਰੂਰਤ ਅਨੁਸਾਰ ਉਹਦੀ ਵੀ ਲੋੜ ਪੈਂਦੀ ਆ, ਕਿਉਂਕਿ ਕਟੋਲੀ ਰੋਗ ਦੀ ਰੋਕਥਾਮ ਵਾਸਤੇ ਜਾਂ ਆਪਾਂ ਕਹਿ ਲਈਏ ਕਿ ਵੱਖ ਵੱਖ ਤਰ੍ਹਾਂ ਦੇ ਜਿਹੜੇ ਹੋਰ ਉੱਲੀ ਰੋਗ ਆ ਉਹਨਾਂ ਦੀ ਰੋਕਥਾਮ ਵਾਸਤੇ, ਕਿ ਕਿਉਂਕਿ ਉਦੋਂ ਜਿਹੜੀ ਰੀਪ੍ਰੋਡਕਟਿਵ ਫੇਜ਼ ਆਪਣਾ ਜਿਹੜਾ ਹੈਗਾ ਸਟਾਰਟ ਹੁੰਦਾ, ਕਿਉਂਕਿ ਰੀਪ੍ਰੋਡਕਟਿਵ ਫੇਜ਼ ਆ ਜਿਹੜਾ ਪੈਨੀਕਲ ਇਨੀਸ਼ੀਏਸ਼ਨ ਤੋਂ ਸਟਾਰਟ ਹੋ ਜਾਂਦਾ, ਜਦੋਂ ਮੁੰਜਰ ਸ਼ੁਰੂ ਹੋਣ ਦੀ, ਮੁੰਜਰ ਬਣਨੀ ਸ਼ੁਰੂ ਹੋਣ ਦੀ ਤਿਆਰੀ ਹੁੰਦੀ ਹੈ ਨਾ, ਜਿਵੇਂ ਪੈਨੀਕਲ ਇਨੀਸ਼ੀਏਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਆਪਾਂ ਨੂੰ ਮੁੰਜਰ ਆ ਜਿਹੜੀ ਉਹ ਨਜ਼ਰ ਨਹੀਂ ਆਉਂਦੀ ਪਰ ਉਹਦੀ ਪ੍ਰੋਸੈਸ ਚੱਲ ਪੈਂਦੀ ਆ। ਉਹਦੇ ਬਾਅਦ ਬੂਟ ਸਟੇਜ ਆਉਂਦੀ ਹੈ ਗੋਭ ਦੀ ਹਾਲਤ, ਜਿਹਦੇ ਵਿੱਚ ਮੁੰਜਰ ਆ ਜਿਹੜੀ ਉਹ ਬਣਨੀ ਸ਼ੁਰੂ ਹੁੰਦੀ ਆ, ਫਿਰ ਉਹ ਲੰਬਾ ਜਿਹੜੀ ਪਹਿਲਾਂ ਛੋਟੀ ਮੁੰਜਰ ਬਣਦੀ ਫਿਰ ਲੰਬੀ ਹੁੰਦੀ ਆ, ਫਿਰ ਉਦੋਂ ਬਾਅਦ ਜਿਹੜਾ ਨਸਾਰਾ ਸ਼ੁਰੂ ਹੁੰਦਾ, ਜਿਹੜੀ ਮੁੰਜਰ ਬਾਹਰ ਆ ਜਾਂਦੀ ਆ ਪਾਈਪ ਤੋਂ, ਅਤੇ ਫਿਰ ਉਦੋਂ ਬਾਅਦ ਜਿਹੜੀ ਫਲਾਵਰਿੰਗ ਹੁੰਦੀ ਆ ਜਿਹੜਾ ਬੂਰ ਪੈਣਾ, ਫਿਰ ਉਦੋਂ ਬਾਅਦ ਜਿਹੜਾ ਦੋਧੇ ਦੀ ਸਟੇਜ ਆ ਜਾਂਦੀ ਆ, ਪਹਿਲਾਂ ਪਾਣੀ ਜਿਹਾ ਭਰਦਾ, ਫਿਰ ਜਿਹੜਾ ਹੈਗਾ ਉਹ ਦੁਧੀਆ ਰੰਗ 'ਚ ਤਬਦੀਲ ਹੁੰਦਾ, ਫਿਰ ਉਹ ਸਖਤ ਹੁੰਦਾ, ਫਿਰ ਦਾਣਾ ਬਣਦਾ। ਤਾਂ ਜਿਹੜੀ ਗੋਭ ਸਮੇਂ ਕਿਸਾਨ ਵੀਰ ਪੁੱਛਦੇ ਸੀ, ਖਾਸ ਤੌਰ 'ਤੇ ਜਿਵੇਂ PR 126 PR 131 ਵੱਡੇ ਰਕਬੇ 'ਚ ਲੱਗੀ ਹੋਈ ਆ, ਕਿ ਇਹਦੇ ਵਿੱਚ ਇਹ ਅਸੀਂ ਸਪਰੇ ਕਦੋਂ ਕਰੀਏ, ਦਿਨਾਂ ਬਾਰੇ ਕਿਸਾਨ ਵੀਰ ਜਿਹੜੇ ਸੀਗੇ ਉਹ ਪੁੱਛ ਰਹੇ ਸੀਗੇ। ਤਾਂ ਕਿਸਾਨ ਵੀਰ, ਉਹ ਇਹਦੇ ਵਿੱਚ ਜਿਹੜਾ ਮੈਂ ਪਹਿਲਾਂ ਵੀ ਤੁਹਾਡੇ ਨਾਲ ਪਿਛਲੀ ਵੀਡੀਓ 'ਚ ਵੀ ਜਾਣਕਾਰੀ ਸਾਂਝੀ ਕੀਤੀ ਸੀ ਕਿ ਜਿਹੜੀ ਇਹ ਗੋਭ ਦੀ ਹਾਲਤ ਹੈ ਕਿ ਇਹ ਕਿੰਨੇ ਦਿਨ 'ਤੇ ਆਉਂਦੀ ਹੈ, ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਲਗਾਤਾਰ ਆਪਾਂ ਖੇਤ ਜਾਂਦੇ ਹੀ ਹਾਂ ਡੇਲੀ, ਕਿਉਂਕਿ ਇਸ ਟਾਈਮ ਫਸਲ ਦਾ ਬੜਾ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੁੰਦੀ ਆ, ਖਾਸ ਤੌਰ 'ਤੇ ਤਣੇ ਦੁਆਲੇ ਪੱਤੇ ਦੇ ਝੁਲਸ ਰੋਗ ਵਾਸਤੇ, ਜਾਂ ਆਪਾਂ ਜਿਵੇਂ ਬਾਸਮਤੀ 'ਚ ਬਲਾਸਟ ਕਹਿ ਲਈਏ, ਫਿਰ ਸਟੈਮ ਰੋਟ ਹੈ, ਸ਼ੀਥ ਰੋਟ ਆ, ਵੱਖ ਵੱਖ ਤਰ੍ਹਾਂ ਦੇ ਉੱਲੀ ਰੋਗ ਆਉਂਦੇ। ਇਸੇ ਕਰਕੇ ਕਹੀਦਾ ਕਿ ਗੋਭ ਸਮੇਂ ਤੁਸੀਂ ਉੱਲੀ ਨਾਸ਼ਕ ਜਿਹੜਾ ਸਿਫਾਰਸ਼ ਅਨੁਸਾਰ ਵਧੀਆ ਉੱਲੀ ਨਾਸ਼ਕ ਕਰ ਲਓ, ਜਿੱਥੇ ਕਟੋਲੀ ਰੋਗ ਵੱਧ ਆਉਂਦਾ ਉੱਥੇ ਆਪਾਂ ਜਿਹੜੀ ਹੈਗੀ ਹੈ ਕੋਸਾਈਡ ਦੀ ਸਪਰੇਅ ਕਰੀਏ 1/2 ਕਿਲੋ ਦੀ, ਅਤੇ ਜਾਂ ਬਲਾਈਟੋਕਸ ਪਹਿਲਾਂ ਕਰਦੇ ਹੁੰਦੇ ਸੀ ਕਿਸਾਨ ਵੀਰ, ਕੋਸਾਈਡ ਦਾ ਰਿਜ਼ਲਟ ਵਧੀਆ ਹੈ, ਕੋਪਰ ਹਾਈਡਰੋਕਸਾਈਡ ਹੁੰਦੀ ਆ ਉਹ, ਜਿਹੜੀ ਕੋਪਰ ਆਕਸੀਕਲੋਰਾਈਡ ਹੁੰਦੀ ਸੀ ਬਲਾਈਟੋਕਸ, ਇਹ 1/2 ਕਿਲੋ ਦੀ ਸਪਰੇਅ ਹੁੰਦੀ ਆ। ਪਰ ਖਾਸ ਖਿਆਲ ਇਹ ਹੁੰਦਾ ਕਿ ਇਹ 200 ਲੀਟਰ 'ਚ ਆਪਾਂ ਸਪਰੇਅ ਕਰਨੀ ਪਾਣੀ 'ਚ, ਪਰ ਇਹਨੂੰ ਮਿਕਸ ਕਿਸੇ ਨਾਲ ਨਹੀਂ ਕਰਨਾ ਕੋਪਰ ਵਾਲੇ ਉੱਲੀ ਨਾਸ਼ਕ ਨੂੰ, ਜਿਹੜੇ ਦੂਸਰੇ ਉੱਲੀ ਨਾਸ਼ਕ ਵੀ ਹੈ। ਮੈਂ ਪਹਿਲਾਂ ਤੋਂ ਇਹੀ ਕਹਿੰਦਾ ਹੁੰਦਾ ਕਿ ਤੁਸੀਂ ਕੀਟਨਾਸ਼ਕ ਜਿਹੜਾ ਖਾਸ ਤੌਰ 'ਤੇ ਸੁੰਡੀ ਵਾਲੀ ਸਪਰੇਅ ਕਰਨੀ ਆ ਜਾਂ ਉੱਲੀ ਵਾਲੀ ਕਰਨੀ ਆ, NPK ਕਰਨੀ ਆ, ਜੇ ਤੁਸੀਂ ਵੱਖ ਵੱਖ ਕਰੋਗੇ ਤਾਂ ਤੁਹਾਨੂੰ ਟੌਪ ਦਾ ਰਿਜ਼ਲਟ ਮਿਲੇਗਾ। ਕਈ ਕਿਸਾਨ ਵੀਰ ਕਹਿੰਦੇ ਹੁੰਦੇ ਕਿ ਅਸੀਂ ਗੋਭ ਸਮੇਂ ਉੱਲੀ ਨਾਸ਼ਕ ਵੀ ਕਰਨਾ, NPK ਵੀ ਕਰਨਾ, ਨਾਲ ਜਿਹੜਾ ਬੋਰਨ ਵੀ 50 ਗ੍ਰਾਮ, 60 ਗ੍ਰਾਮ, 70 ਗ੍ਰਾਮ ਤਾਂ ਹੀ, ਕਿਉਂਕਿ 70-80 ਗ੍ਰਾਮ ਤੋਂ ਵੱਧ ਆਪਾਂ ਪਾਉਣਾ ਨਹੀਂ ਹੁੰਦਾ, ਜਦੋਂ ਬੋਰਨ ਜ਼ਿਆਦਾ ਪੈ ਗਿਆ ਇਹ ਨੁਕਸਾਨ ਕਰਦਾ, ਘੱਟ ਪਾ ਲਓ ਉਹਦਾ ਕੋਈ ਨੁਕਸਾਨ ਨਹੀਂ, ਵੱਧ ਨਾ ਪਾਓ। ਅਤੇ ਫਿਰ ਹੁੰਦਾ ਕਿ ਜਿਹੜਾ ਅਸੀਂ ਮਿਕਸ ਕਰਕੇ ਕਿਵੇਂ ਕਰ ਸਕਦੇ ਹਾਂ, ਜਿਹੜਾ ਉੱਲੀ ਨਾਸ਼ਕ ਹੈ 13045 ਹੈ ਜਿਹੜਾ, ਇਹ ਕੰਪੈਟੀਬਲ ਹੈਗਾ, ਅਤੇ ਮੈਂ ਪਹਿਲਾਂ ਵੀ ਵੀਡੀਓਜ਼ ਰਾਹੀਂ ਪਿਛਲੇ ਸਾਲਾਂ 'ਚ ਵੀ ਤੁਹਾਨੂੰ ਦੱਸਦਾ ਰਿਹਾ ਕਿ ਫਿਰ ਇਹ ਤੁਸੀਂ 1.5 ਕਿਲੋ ਤਾਂ ਹੀ ਵਰਤੋ, 1-1.5 ਕਿਲੋ ਤਾਂ ਹੀ ਵਰਤੋ, ਜੇ ਉੱਲੀ ਨਾਸ਼ਕ ਨਾ ਆਪਾਂ ਕਰਨਾ ਵੱਖ ਵੱਖ ਘੋਲੋ ਅਤੇ ਮੌਕੇ 'ਤੇ ਡਰੰਮੀ 'ਚ ਪਾ ਕੇ ਕਰ ਦਿਓ। ਪਰ ਜੇ ਤੁਸੀਂ ਇਹਨੂੰ ਜੋ ਸਿਫਾਰਸ਼ ਆ, ਜਿਵੇਂ ਆਪਾਂ ਜਿਹੜੀ 3 ਕਿਲੋ ਕਰਨੀ ਹੁੰਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਇਹਨੂੰ ਫੋਕ ਘਟਾਉਣ ਵਾਸਤੇ ਜਿਹੜੀ NPK 13045 ਆ, ਤਾਂ ਫਿਰ ਤੁਸੀਂ ਜਿਹੜੀ ਹੈਗੀ ਹੈ ਇਹਨੂੰ ਇਕੱਲੀ ਕਰੋ, 1.5% ਆ ਜਿਹੜੀ, 3 ਕਿਲੋ ਪੋਟਾਸ਼ੀਅਮ ਨਾਈਟ੍ਰੇਟ 200 ਲੀਟਰ ਪਾਣੀ ਦੇ ਵਿੱਚ, ਫਿਰ ਆਪਾਂ ਨੂੰ ਜਿਹੜਾ ਹੈਗਾ ਇਹਦਾ ਹੋਰ ਵੀ ਜਿਹੜਾ ਬੈਨੀਫਿਟ ਆ ਉਹ ਮਿਲਦਾ। ਤਾਂ ਜੇ ਆਪਾਂ ਦਿਨਾਂ ਦੀ ਗੱਲ ਕਰੀਏ, ਦੇਖੋ ਜਿਹੜੀਆਂ ਵੀ ਆਪਾਂ ਨੂੰ ਜਿਵੇਂ ਕਿਸਮਾਂ ਦੇ ਦਿਨ ਦੱਸੇ ਜਾਂਦੇ ਕਿ ਇੰਨੇ ਦਿਨ ਲੈਂਦੀ ਪਨੀਰੀ ਤੋਂ ਬਾਅਦ,
ਉਹ ਜਿਹੜੀ ਪਨੀਰੀ ਦਾ ਸਟੈਂਡਰਡ ਰੱਖਿਆ ਹੁੰਦਾ, ਜਿਵੇਂ ਆਪਾਂ 26 ਕਹਿੰਦੇ ਹਾਂ ਕਿ 25 ਦਿਨ ਦੀ, 28 ਦਿਨ ਦੀ, ਹੱਦ 30 ਦਿਨ ਦੀ ਪਨੀਰੀ ਲਾ ਦਿਓ। ਜਿਹੜੀਆਂ ਦੂਸਰੀਆਂ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਜਿਵੇਂ 31 ਵਗੈਰਾ, ਇਹ 30 ਤੋਂ 35 ਦਿਨ ਦੀ ਲੱਗ ਜਾਣੀ ਚਾਹੀਦੀ ਪਨੀਰੀ। ਕਈ ਵਾਰ ਕੀ ਹੁੰਦਾ ਕਿ ਆਪਾਂ ਪਨੀਰੀ ਆ ਜਿਹੜੀ ਉਹੀ ਆਪਣੇ 10-10 ਦਿਨ ਵੱਡੀ ਹੋ ਜਾਂਦੀ ਆ, ਕੋਈ ਆਪਾਂ ਜਿਹੜੀ ਹੈਗੀ ਜਿਵੇਂ 26 ਆ, ਕਈ ਥਾਵਾਂ 'ਤੇ ਕਿਸਾਨ ਵੀਰ 32 ਦਿਨ ਦੀ, 35 ਦਿਨ ਦੀ, 38 ਦਿਨ ਦੀ ਕਰ ਲੈਂਦੇ ਆ, ਕਈ ਥਾਵਾਂ 'ਤੇ PR 131 ਜਾਂ ਹੋਰ ਕਿਸਮਾਂ 40-40 ਦਿਨ ਦੀ ਪਨੀਰੀ ਲੱਗਦੀ ਆ। ਉਹਦੇ ਵਿੱਚ ਕਈ ਵਾਰ ਲੇਬਰ ਦੀ ਸਮੱਸਿਆ, ਜਾਂ ਆਪਾਂ ਪਨੀਰੀ ਇਕੱਠੀ ਬੀਜ ਲਈ ਰਕਬਾ ਜ਼ਿਆਦੇ ਆ, ਪਨੀਰੀ ਵੱਡੀ ਹੋ ਜਾਂਦੀ ਆ। ਅਤੇ ਕਈ ਵਾਰ ਕੀ ਹੁੰਦਾ ਕਿ ਆਪਾਂ ਜਿਵੇਂ ਹੁਣ ਯੂਰੀਆ ਬਹੁਤ ਕਈ ਕਿਸਾਨ ਵੀਰ ਬਹੁਤ ਜ਼ਿਆਦਾ ਪਾ ਲੈਂਦੇ ਆ, 3 ਗੱਟੇ 4 ਗੱਟੇ 5-5 ਗੱਟਿਆਂ ਤਾਈਂ ਪਹੁੰਚੀ ਜਾਂਦੇ। ਸਿਫਾਰਿਸ਼ ਹੈ ਦਰਮਿਆਨੀਆਂ ਜ਼ਮੀਨਾਂ 'ਚ 2 ਗੱਟੇ 30-30 ਕਿਲੋ ਦੀਆਂ 3 ਕਿਸ਼ਤਾਂ। ਤਾਂ ਯੂਰੀਆ ਆਪਾਂ ਨਾਈਟ੍ਰੋਜਨ ਵੱਧ ਦੇਤੀ, ਉਹਦੇ ਨਾਲ ਵੀ ਆਪਾਂ ਡਿਊਰੇਸ਼ਨ ਆ ਵਰਾਇਟੀ ਦੀ ਉਹ ਹਫ਼ਤੇ ਤੋਂ 10 ਦਿਨ ਤਾਈਂ ਵਧਾ ਲੈਂਦੇ ਹਾਂ, ਉਹਦੇ ਪਕਾ ਦੇ ਵਿੱਚ ਲੇਟ ਕਰ ਲੈਂਦੇ ਹਾਂ। ਜੇ ਫਰਜ਼ ਕਰ ਲਓ ਵਰਾਇਟੀ 110 ਦਿਨ ਦੀ ਪਨੀਰੀ ਤੋਂ ਬਾਅਦ ਆਪਾਂ 120 ਦਿਨ ਤੱਕ ਵੀ ਲੈ ਜਾਵਾਂਗੇ, ਵੀ 120 ਦਿਨ 'ਚ ਆਪਣੀ ਪਨੀਰੀ ਪੱਕ ਰਹੀ ਹੈ, ਆਪਣਾ ਝੋਨਾ ਪੱਕ ਰਿਹਾ। PR 126 ਹੈ, ਇਹ ਪਨੀਰੀ ਤੋਂ ਬਾਅਦ 93 ਦਿਨ ਦੀ ਵਰਾਇਟੀ ਆ, ਆਪਾਂ ਇਹਨੂੰ 100 ਦਿਨ ਵੀ ਟਪਾ ਦਿੰਦੇ ਹਾਂ। ਜੋ ਯੂਰੀਆ ਵੱਧ ਪੈ ਗਈ, ਇੱਕ ਹੈ ਲਗਾਤਾਰ ਪਾਣੀ ਖੇਚ ਖੜਾ ਰਿਹਾ, ਤਾਂ ਉਹਦੀ ਵੈਜੀਟੇਟਿਵ ਗਰੋਥ ਫੇਜ਼ ਹੈ, ਜਾਂ ਆਪਾਂ ਉਹਦੀ ਡਿਊਰੇਸ਼ਨ ਟੋਟਲੀ 8-10 ਦਿਨ ਵਧਾ ਦਿੰਦੇ ਹਾਂ। ਤਾਂ ਉਹਦੇ ਅਨੁਸਾਰ ਨਾ ਜਿਹੜੇ ਪੱਕੇ ਦਿਨ ਆ ਨਾ, ਪੱਕੇ ਦਿਨ ਡਿਸਾਈਡ ਕਰਨੇ ਹੈ। ਮੈਂ ਤੁਹਾਨੂੰ ਅੰਦਾਜ਼ੇ ਨਾ ਦੱਸ ਸਕਦਾ ਕਿ ਇੰਨੇ ਦਿਨ 'ਤੇ ਆਹ ਸਟੇਜ ਲੈਂਦੀ ਆ, ਇੰਨੇ ਦਿਨ 'ਤੇ ਆਹ ਸਟੇਜ, ਉਹ ਆਪਾਂ ਦਿਨਾਂ ਦੀ ਗਿਣਤੀ ਦੱਸ ਸਕਦੇ ਹਾਂ, ਪਰ ਜਿਹੜੀ ਸਟੇਜ ਤੁਸੀਂ ਦੇਖਣੀ ਉਹ ਆਪਦੇ ਖੇਤ ਦੇ ਅਨੁਸਾਰ ਦੇਖੋ। ਜਿਵੇਂ PR 126 ਦੀ ਗੱਲ ਕਰ ਲਈਏ, ਜਾਂ ਜਨਰਲ ਜਿਹੜੀ ਹੈਗੀ ਆ ਨਾ, ਜਿਹੜੀ ਪੈਨੀਕਲ ਇਨੀਸ਼ੀਏਸ਼ਨ ਸਟੇਜ ਹੈ, ਇਹ ਤਕਰੀਬਨ ਨਸਾਰੇ ਤੋਂ 20-25 ਦਿਨ ਪਹਿਲਾਂ ਆਉਂਦੀ ਆ। ਜੇ ਘੱਟ ਸਮੇਂ ਵਾਲੀ ਵਰਾਇਟੀ ਆ ਉਹ 'ਚ 15-18 ਦਿਨ 'ਚ ਆਜੂ, 20 ਦਿਨ 'ਚ ਆਜੂਗੀ, 20 ਦਿਨ ਪਹਿਲਾਂ ਆਜੂਗੀ ਨਸਾਰੇ ਤੋਂ। ਜਿਹੜੀ ਲੰਬੇ ਸਮੇਂ ਵਾਲੀ ਕਿਸਮ ਆ ਉਹ 'ਚ 25 ਦਿਨ ਪਹਿਲਾਂ ਆਜੂਗੀ ਨਸਾਰੇ ਤੋਂ, ਪੈਨੀਕਲ ਇਨੀਸ਼ੀਏਸ਼ਨ ਜਿਹਨੂੰ ਆਪਾਂ ਰੀਪ੍ਰੋਡਕਟਿਵ ਫੇਜ਼ ਦੀ ਸ਼ੁਰੂਆਤ ਕਹਿੰਦੇ ਹਾਂ। ਤਾਂ ਜਿਵੇਂ ਆਪਾਂ 26 ਆ, ਇਹਦੇ ਵਿੱਚ ਜਿਹੜੀ ਪੈਨੀਕਲ ਇਨੀਸ਼ੀਏਸ਼ਨ ਅਤੇ ਸਟੈਮ ਲੋਗੇਸ਼ਨ ਇਕੱਠੀਆਂ ਆ ਜਾਂਦੀਆਂ, ਮਤਲਬ ਇਹ ਘੱਟ ਸਮੇਂ ਵਾਲੀ ਵਰਾਇਟੀ ਹੈ, ਜਲਦੀ ਜਲਦੀ ਆਪਦਾ ਜਿਹੜਾ ਜੀਵਨ ਚੱਕਰ ਇਹਨੇ ਪੂਰਾ ਕਰਨਾ ਹੁੰਦਾ, ਤਾਂ ਇਹਦੇ ਵਿੱਚ ਇਹ 15-18 ਦਿਨ ਪਹਿਲਾਂ ਹੀ ਆ ਜਾਂਦੀ ਆ ਨਸਾਰੇ ਤੋਂ ਪੈਨੀਕਲ ਇਨੀਸ਼ੀਏਸ਼ਨ। ਅਤੇ ਜਿਹੜੀ ਹੈਡਿੰਗ ਹੈ, ਜਿਹੜਾ ਨਸਾਰਾ ਹੈ, ਉਹ ਆਉਂਦਾ ਹੈ, ਫਰਜ਼ ਕਰ ਲਓ ਪੈਨੀਕਲ ਇਨੀਸ਼ੀਏਸ਼ਨ ਸ਼ੁਰੂ ਹੋ ਗਈ, 10 ਦਿਨ ਬਾਅਦ ਉਹਦੀ ਬੂਟ ਸਟੇਜ ਆ ਗਈ, ਉਦੋਂ 15 ਦਿਨ 'ਤੇ ਜਾ ਕੇ ਉਹਦੀ ਹੈਡਿੰਗ ਸਟੇਜ ਆ ਜਾਣੀ ਆ। ਜਿਹੜੀ ਗੋਭ ਦੀ ਹਾਲਤ ਆ ਉਹ 15 ਦਿਨ ਜਿਹੜਾ ਝੋਨਾ, ਜੇ ਆਪਾਂ ਕਹਿ ਲਈਏ ਵੀ ਸ਼ੁਰੂਆਤ ਤੋਂ ਲੈ ਕੇ ਅਤੇ ਮੁੰਜਰ ਬਾਹਰ ਕੱਢਣ ਤੱਕ 15 ਕੁ ਦਿਨ ਦੀ ਇਹ ਜਿਹੜੀ ਹੈਗੀ ਆ ਸਟੇਜ ਹੁੰਦੀ ਆ। ਅਤੇ ਉਦੋਂ ਬਾਅਦ ਜਿਹੜੀ ਹੈਗੀ ਆ 10 ਦਿਨ 'ਚ ਜਿਹੜੀ ਫਲਾਵਰਿੰਗ ਤਕਰੀਬਨ ਜਿਹੜੀ ਹੈਗੀ ਆ ਉਹ ਸ਼ੁਰੂਆਤ ਦੇ ਨਾਲ ਕੰਪਲੀਟ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਜਿਹੜੀ ਹੈਗੀ ਜਿਵੇਂ ਜਿਵੇਂ ਮੁੰਜਰਾਂ ਨਿਕਲੀ ਜਾਂਦੀਆਂ ਉਵੇਂ ਉਵੇਂ ਬੂਰ ਪਈ ਜਾਂਦਾ, ਫਿਰ ਤੁਹਾਡੀ ਦੁਧੀਆ ਸਟੇਜ ਆ ਗਈ, ਮਿਲਕੀ ਸਟੇਜ, ਫਿਰ ਡਫ ਅਤੇ ਫਿਰ ਮਚਿਓਰਟੀ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਜੇ ਫਰਜ਼ ਕਰ ਲਓ 110 ਦਿਨ ਦੀ ਵਰਾਇਟੀ ਆ, ਤਾਂ ਉਹਦੇ ਵਿੱਚ ਜਿਹੜਾ ਰੀਪੁਰ ਜਿਹੜਾ ਪਕਾ ਵਾਲੀ ਸਟੇਜ ਆ ਨਾ, ਪੱਕਣਾ ਝੋਨੇ ਨੇ ਨਸਾਰੇ ਤੋਂ ਪੱਕਣ ਦਾ, ਉਹ ਤਕਰੀਬਨ ਘੱਟ ਸਮੇਂ ਵਾਲੀਆਂ ਕਿਸਮਾਂ 'ਚ 35 ਦਿਨ, 40 ਦਿਨ, 45 ਦਿਨ, 50 ਦਿਨ, ਇਸ ਹਿਸਾਬ ਨਾਲ ਜਿਹੜਾ ਚੱਲਦਾ। ਜੇ 110 ਦਿਨ ਵਾਲੀ ਕਿਸਮ ਉਹ 'ਚ ਤੁਸੀਂ ਮੰਨ ਕੇ ਚੱਲੋ ਕਿ 70 ਦਿਨ ਦੇ ਉੱਤੇ ਉਹ ਪੂਰੀ ਨਸਾਰੇ ਦੇ ਉੱਤੇ ਹੋਊਗੀ। ਜੇ ਤੁਸੀਂ ਉਹਦੇ ਵਿੱਚ ਜਿਵੇਂ ਆਪਾਂ ਖਾਦਾਂ ਵਗੈਰਾ ਵੱਧ ਪਾ ਲੈਂਦੇ ਹਾਂ, ਉਹ 5 ਦਿਨ ਹੋਰ ਵੱਧ ਲੈ ਸਕਦੀ, 7 ਦਿਨ ਉਹ ਫਰਜ਼ ਕਰ ਲਓ 75 ਦਿਨ 'ਤੇ ਜਾ ਕੇ ਜਾਂ 78 ਦਿਨ 'ਤੇ ਨਸਾਰਾ ਲਊਗੀ। ਜਿਹੜੀ ਜਿਹੜੀ ਚੀਜ਼ ਤੁਸੀਂ ਸਿਫਾਰਿਸ਼ ਅਨੁਸਾਰ ਯੂਰੀਆ ਪਾਈ ਆ ਅਤੇ ਪਨੀਰੀ ਦੀ ਉਮਰ ਵੀ ਠੀਕ ਲਾਈ ਆ, ਤਾਂ ਉਹਦੇ ਵਿੱਚ ਜਿਹੜੀ ਹੈਗੀ ਆ ਤੁਹਾਡੀ ਜਿਹੜੀ ਉਹ 65-70 ਦੇ ਤੁਸੀਂ ਜਿਹੜੀ ਇਹ ਸਪਰੇ ਕਰ ਸਕਦੇ ਹਾਂ। ਮੁੱਖ ਦੀ ਗੱਲ ਇਹ ਹੈ ਕਿ 13-045 ਜਿਹੜੀ ਜਿਵੇਂ PR 131 ਆ ਉਹ 'ਚ ਤੁਸੀਂ 65 ਦਿਨ ਅਤੇ 70 ਦਿਨ ਅਤੇ 72 ਅਤੇ 75 'ਤੇ, ਤੁਸੀਂ 60 ਦਿਨ ਅਤੇ 62 ਦਿਨ 'ਤੇ ਉਹਦਾ ਜਿਹੜਾ ਤਣਾ ਪਾੜ ਕੇ ਦੇਖ ਲਓ, ਉਹਦੇ ਵਿੱਚ ਮੁੰਜਰ ਆ ਜਿਹੜੀ ਬਣ ਰਹੀ ਹੋਊਗੀ।
ਤਾਂ 60 ਦਿਨ ਤੋਂ 70 ਦਿਨ ਦੇ ਦਰਮਿਆਨ 72 75 ਤੁਸੀਂ ਆਪਦੀ ਫਸਲ ਦੇ ਅਨੁਸਾਰ, ਕਈ ਥਾਵਾਂ 'ਤੇ ਪਨੀਰੀ ਬਹੁਤ ਜ਼ਿਆਦਾ ਵੱਡੀ ਲੱਗ ਜਾਂਦੀ ਹੈ, ਫਿਰ ਆਪਾਂ ਉਹਨੂੰ ਯੂਰੀਆ ਵੱਧ ਪਾਉਂਦੇ ਹਾਂ, ਉਹ ਹੋ ਸਕਦਾ ਕਿ ਨਸਾਰਾ 5 ਦਿਨ ਪਹਿਲਾਂ ਸ਼ੁਰੂ ਕਰ ਦੇਵੇ। ਅਤੇ ਜਿਹੜੇ PR 126 ਹੈ ਉਹਦੇ ਵਿੱਚ ਤੁਸੀਂ 50 ਦਿਨ 'ਤੇ ਦੇਖਣਾ, ਬਸ 50 ਦਿਨ ਪਲੱਸ ਮਾਈਨਸ 5 ਦਿਨ। ਜਿਹੜੀ PR 131 ਆ ਉਹ 'ਚ ਤੁਸੀਂ 70 ਦਿਨ 'ਤੇ ਦੇਖਣਾ ਪਲੱਸ ਮਾਈਨਸ 5 ਦਿਨ, ਇਹ ਕਰ ਸਕਦੇ ਹਾਂ। 65 ਦਿਨ 'ਤੇ 68 ਦਿਨ 'ਤੇ ਇਹ ਸਪਰੇਅ ਕਰ ਦਿਓ। ਗਟੋਲੀ ਰੋਗ ਵਾਲੀ ਜਿਹੜੀ ਤੁਸੀਂ ਸਪਰੇਅ ਕਰਨੀ ਉਹ ਵੱਖਰੀ ਕਰਨੀ ਆ, ਉਹ ਵੀ ਤੁਸੀਂ ਜਾ ਕੇ 45-48 ਦਿਨ 'ਤੇ, 50 ਦਿਨ 'ਤੇ, 52 ਦਿਨ 'ਤੇ ਇਹ ਕਰ ਸਕਦੇ ਹਾਂ। ਜਿਹੜੀ ਉੱਲੀ ਨਾਸ਼ਕ ਆ, ਤੁਸੀਂ ਕਿਸਾਨ ਵੀਰ ਪੁੱਛਦੇ ਆ ਕਿ ਉੱਲੀ ਨਾਸ਼ਕ ਆਪਾਂ ਜਿਹੜੀ ਪਹਿਲਾਂ ਕਰਨੀ ਹੈ 13-45 ਤੋਂ ਜਾਂ ਬਾਅਦ 'ਚ ਕਰਨੀ, ਜਿਹਨੇ ਵੱਖ ਵੱਖ ਕਰਨੀ ਆ, ਤੁਸੀਂ ਕੋਸ਼ਿਸ਼ ਕਰੋ ਪਹਿਲਾਂ ਤੁਸੀਂ ਜਿਹੜੀ ਹੈਗੀ ਹੈ ਸੁੰਡੀ ਵਾਲੀ ਸਪਰੇਅ ਆ ਜਿਹੜੀ ਉਹ ਤੁਸੀਂ ਕਰੋ ਜਦੋਂ ਅਜੇ PI ਸਟੇਜ ਸ਼ੁਰੂ ਹੋਣੀ ਆ, ਇਦੋਂ 15-20 ਦਿਨ ਪਹਿਲਾਂ, ਗੋ ਵਾਲੀ ਤੋਂ 15-20 ਦਿਨ ਪਹਿਲਾਂ ਚੈੱਕ ਕਰੋ, ਫਿਰ ਤੁਸੀਂ ਚਿੱਟੀ ਮੁੰਜਰ ਨਿਕਲਣ ਤੋਂ ਜਿਹੜੀ ਹੈਗੀ ਆ ਬਚਾਅ ਕਰ ਸਕਦੇ ਹਾਂ। ਜੇ ਤੁਸੀਂ ਕਹੋ ਕਿ ਗੋ ਸਮੇਂ ਆਪਾਂ ਸੁੰਡੀ ਵਾਲੀ ਕਰ ਦਈਏ, ਜਿਹੜੀਆਂ ਮੁੰਜਰਾਂ ਜੇ ਪਹਿਲਾਂ ਅਟੈਕ ਹੋਇਆ ਵਾ ਤਾਂ ਉਹ ਮੁੰਜਰਾਂ ਚਿੱਟੀਆਂ ਹੀ ਨਿਕਲਣੀਆਂ, ਇਸ ਕਰਕੇ ਉਹ ਜਿਹੜੀ ਤੁਸੀਂ 20 ਦਿਨ 25 ਦਿਨ ਪਹਿਲਾਂ ਕਰ ਸਕਦੇ ਹਾਂ। ਉੱਲੀ ਵਾਲੀ ਜਿਹੜੀ ਮਗਰੋਂ ਕਰੋ, 13-045 ਪਹਿਲਾਂ ਸਪਰੇਅ ਕਰੋ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ।